ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸ ਸੰਗਰੂਰ ਦੀ ਮੁਨਕ ਅਦਾਲਤ ਵਿੱਚ ਬਠਿੰਡਾ ਪੁਲਿਸ ਭਗਵਾਨ ਸਿੰਘ ਗੱਗੀ ਨਾਮ ਦੇ ਕੈਦੀ ਨੂੰ ਪੇਸ਼ੀ ਲਈ ਲੈ ਕੇ ਆਏ ਸੀ ਪੇਸ਼ੀ ਤੋਂ ਬਾਅਦ ਜਿਵੇਂ ਹੀ ਪੁਲਿਸ ਪਾਰਟੀ ਨੇ ਉਸ ਨੂੰ ਵਾਪਸ ਲੈ ਜਾਣ ਲਈ ਗੱਡੀ ਵਿੱਚ ਬਿਠਾਇਆ ਤਾਂ ਉਸ ਨੇ ਉਲਟੀ ਆਉਣ ਦਾ ਬਹਾਨਾ ਬਣਾਇਆ ਅਤੇ ਗੱਡੀ ਵਿੱਚੋਂ ਬਾਹਰ ਨਿਕਲ ਗਿਆ ਇਸ ਦੌਰਾਨ ਉੱਥੇ ਇੱਕ ਬਰੇਜਾ ਗੱਡੀ ਵਿੱਚ ਸਵਾਰ ਹੋ ਕੇ ਆਏ ਗੱਗੀ ਦੇ ਸਾਥੀ ਉਸ ਨੂੰ ਲੈ ਕੇ ਫਰਾਰ ਹੋ ਗਏ ਪੁਲਿਸ ਪਾਰਟੀ ਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਚਰਨਜੀਤ ਸਿੰਘ ਨਾਮ ਦੇ ਪੁਲਿਸ ਕਰਮਚਾਰੀ ਦੀ ਲੱਤ 'ਤੇ ਗੋਲੀ ਲੱਗ ਗਈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਉੱਥੇ ਹੀ ਪੁਲਿਸ ਨੇ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਿੱਛੇ ਪਵਾ ਕੇ ਅਸੀਂ ਵਾਪਸ ਆ ਰਹੇ ਸੀ ਗੇਟ 'ਤੇ ਆਏ ਸੀ ਕਹਿੰਦਾ ਮੈਨੂੰ ਉਲਟੀ ਆਉਂਦੀ ਹੈ ਉਲਟੀ ਹੋ ਗਈ ਉਹ ਤੱਕ ਹੀ ਖੋਲ੍ਹੀ ਹੋਣੇ ਬਾਹਰ ਬੰਦੇ ਖੜ੍ਹੇ ਗੇਟ 'ਤੇ ਬਰੀਜਾ ਗੱਡੀ 'ਤੇ ਉਹ ਭੱਜ ਗਿਆ ਉੱਤਰ ਕੇ ਭੱਜ ਗਿਆ ਜਦੋਂ ਮੈਂ ਮਗਰ ਭੱਜਣ ਲੱਗਿਆ ਮੇਰੇ ਫੈਰ ਪੱਟ 'ਤੇ ਫੈਰ ਮਾਰੇ ਉਹਨੇ ਅਤੇ ਸਰ ਕਿੰਨੇ ਬੰਦੇ ਸੀ ਜਿਹੜੀ ਛੁਡਾ ਕੇ ਲੈ ਗਏ ਉਹ 8-10-12 ਬੰਦੇ ਸੀਗੇ ਜੀ ਸਰ ਕਿੱਥੋਂ ਲੈ ਗਏ ਸੀ ਇਹਨੂੰ ਤੁਸੀਂ ਪੇਸ਼ ਕਰਨ ਅਸੀਂ ਬਠਿੰਡੇ ਤੋਂ ਪੇਸ਼ ਕਰ ਰਹੇ ਸੀਗੇ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼